ਉਹਨਾਂ ਚਿਰ ਇਹਨੂੰ ਰੈਲੀਆਂ ਦਾ ਕਿੱਧਰੋਂ ਚਾਅ ਚੜਿਆ ਹੋਇਆ ਆ। ਜੇ ਰੈਲੀ ਕਾਨੂੰਨ ਰੱਦ ਕਰਾਓ, ਫਿਰ ਜਿੱਦਾਂ ਮਰਜ਼ੀ ਰੈਲੀਆਂ ਕਰੋ, ਜੋ ਮਰਜ਼ੀ ਕਰੋ, ਸਾਨੂੰ ਕੋਈ ਤੰਗੀ ਨਹੀਂ। ਅੱਜ ਸੁਖਬੀਰ ਬਾਦਲ ਨੇ ਆਉਣਾ ਸੀ ਪਿੰਡ ਕਿਸ਼ਨਗੜ੍ਹ ਡੀ ਏ ਵੀ ਯੂਨੀਵਰਸਿਟੀ ਲਾਗੇ, ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਜਿਹੜੇ ਬਣੇ ਆ ਸਾਡੇ 'ਤੇ ਉਹ ਕੈਂਸਲ ਨਹੀਂ ਹੁੰਦੇ, ਰੱਦ ਨਹੀਂ ਹੁੰਦੇ। ਉਹਨਾਂ ਚਿਰ ਇਹਨੂੰ ਰੈਲੀਆਂ ਦਾ ਕਿੱਧਰੋਂ ਚਾਅ ਚੜਿਆ ਹੋਇਆ ਆ। ਜੇ ਰੈਲੀ ਕਾਨੂੰਨ ਰੱਦ ਕਰਾਓ, ਫਿਰ ਜਿੱਦਾਂ ਮਰਜ਼ੀ ਰੈਲੀਆਂ ਕਰੋ, ਜੋ ਮਰਜ਼ੀ ਕਰੋ, ਸਾਨੂੰ ਕੋਈ ਤੰਗੀ ਨਹੀਂ। ਉੱਦਾਂ ਕਹਿੰਦੇ ਸੀ ਕਿਸਾਨ ਅਤੈਸ਼ੀ ਆ, ਆਹ ਅਤੈਸ਼ੀ ਆ, ਇਹ ਭਰਾਵੋ ਕਿਸੇ ਦੇ ਅਤੈਸ਼ੀ ਨਹੀਂ ਗੇ, ਇਹ ਸਿਰਫ ਆਪਣੀਆਂ ਵੋਟਾਂ ਬਟੋਰਨ ਨੂੰ ਆਉਂਦੇ ਆ। ਇਹਨਾਂ ਦੀਆਂ ਚਾਲਾਂ ਸਮਝੋ ਔਰ ਇਹਨਾਂ ਦੇ ਮਗਰ ਨਾ ਲੱਗੋ। ਅੱਗੇ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਜਿਹੜੀ ਵੀ ਸਿਆਸੀ ਰੈਲੀ ਕਰੂਗੀ, ਜਿੱਦਾਂ ਪਹਿਲਾਂ ਵਿਰੋਧ ਚੱਲਦਾ ਸੀ, ਇੱਦਾਂ ਹੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਵਿਰੋਧ ਹੋਊਗਾ। ਜਿਹੜੀ ਵਿਰੋਧ ਦੀ ਰੂਪ ਰੇਖਾ ਆ ਇਹਦੇ ਤੋਂ ਵੀ ਤਿੱਖੀ ਹੁੰਦੀ ਜਾਊਗੀ, ਕਿਉਂਕਿ ਸਾਡੇ ਜ਼ਖਮਾਂ ਨੂੰ ਫੋਲ ਫੋਲ ਕੇ ਇਹ ਲੂਣ ਪਾਉਂਦੇ ਆ। ਚਾਹੇ ਕੋਈ ਵੀ ਪਾਰਟੀ ਹੋਵੇ, ਉਹਦਾ ਵਿਰੋਧ ਇੱਦਾਂ ਹੀ ਚੱਲੂਗਾ ਜਿੰਨਾ ਚਿਰ ਸਾਡੇ ਤਿੰਨੇ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਹੁੰਦੇ। ਅੱਜ ਇਹਲਾਬਾਦ ਹਲਕੇ ਜਿੱਥੇ ਉਪਚੁਣਾਵ ਹੋ ਰਿਹਾ ਹਰਿਆਣਾ ਦੇ, ਇਹਲਾਬਾਦ ਹਲਕੇ ਦੇ ਵਿੱਚ BJP ਨੇ ਆਪਣਾ ਕੈਂਡੀਡੇਟ ਜੋ ਗੋਬਿੰਦ ਕੰਡਾ ਉਤਾਰਿਆ, ਅੱਜ ਉਸ ਦਾ ਭਰਾ ਗੋਪਾਲ ਕੰਡਾ ਅਤੇ ਹੋਰ ਕਈ BJP JJP ਵਾਲੇ ਆਏ ਸੀ, ਜੋ ਕਿ ਦਫ਼ਤਰ ਦਾ ਉਦਘਾਟਨ ਕਰਨ ਦੇ ਲਈ ਉੱਥੇ ਇਹਲਾਬਾਦ ਦੇ ਸਾਡੇ ਕਿਸਾਨ ਅਤੇ ਆਮ ਵੋਟਰ ਨੇ ਆ ਕੇ ਪੁਰਜ਼ੋਰ ਵਿਰੋਧ ਕੀਤਾ ਕਾਲੀਆਂ ਝੰਡੀਆਂ ਨਾਲ, ਸ਼ਾਂਤਮਈ ਤਰੀਕੇ ਨਾਲ, ਅਤੇ ਉਹਨਾਂ ਨੂੰ ਦਫ਼ਤਰ ਛੱਡ ਕੇ ਭੱਜਣਾ ਪਿਆ। ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਸਿਰਸਾ ਨੂੰ ਵਾਪਸ ਗਏ ਆ, ਅਤੇ ਜਿੰਨੀ ਦੇਰ ਇਲੈਕਸ਼ਨ ਹੈ ਕਿਸੇ ਵੀ ਪਿੰਡ ਦੇ ਵਿੱਚ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਊਗਾ, ਕੋਈ ਵੀ ਬੂਥ ਦੇ ਝੋਲਾ ਫੜਨ ਵਾਲਾ ਨਹੀਂ ਮਿਲੇਗਾ, ਕਿਤੇ ਵੀ ਉਹਨਾਂ ਦਾ ਦਫ਼ਤਰ ਨਹੀਂ ਖੋਲ੍ਹਣ ਦਿੱਤਾ ਜਾਊਗਾ। ਇਸ ਕਰਕੇ ਇਹ ਕਿਸਾਨਾਂ ਦੇ ਕਾਤਲ, ਕਿਸਾਨ ਵਿਰੋਧੀ ਕਿਤੇ ਵੀ ਕਿਸੇ ਪਿੰਡ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇ, ਕਿਉਂਕਿ ਇਹ ਕਿਸਾਨਾਂ ਦੇ ਨਾਲ ਜੋ ਇੱਕ ਸਾਲ ਤੋਂ ਸੜਕਾਂ 'ਤੇ ਬੈਠੇ ਨੇ ਉਹ ਭੱਦੀ ਟਿੱਪਣੀਆਂ ਕਰਦੇ ਨੇ, ਕਦੀ ਕਿਸਾਨਾਂ ਨੂੰ ਭੇਡ ਕਹਿੰਦੇ ਨੇ, ਕਦੀ ਕੁਛ ਕਹਿੰਦੇ ਨੇ। ਇਹਨਾਂ ਦਾ ਧਿਆਨ ਕਰੋ ਅਤੇ ਇਹਨਾਂ ਨੂੰ ਕਿਸੇ ਪਿੰਡ 'ਚ ਨਾ ਵੜਨਾ। ਇਹਨਾਂ ਦੀ ਹਾਕਮਾਂ ਦੀ ਨੀਤੀ ਚੰਦਰੀ ਹੈ, ਕਿਉਂਕਿ ਜਦੋਂ ਵੀ ਲੋਕ ਆਪਦੀ ਆਵਾਜ਼ ਨੂੰ ਉਠਾਉਂਦੇ ਨੇ ਲੋਕਾਂ ਦੇ ਵਿੱਚ ਨਿਰਾਸ਼ਤਾ ਪੈਦਾ ਕਰਨ ਵਾਸਤੇ, ਇਹ ਅਣਗੌਲਿਆ ਕਰਦੇ ਨੇ। ਅਤੇ ਲੋਕ ਜਦੋਂ ਆਪਦੇ ਰੌਂ ਅਤੇ ਇਰਾਦੇ 'ਤੇ ਆ ਜਾਣ, ਜਦੋਂ ਉਹਨਾਂ ਨੂੰ ਕੋਈ ਹੋਰ ਚਾਰਾ ਨਹੀਂ ਦਿਸਦਾ। ਤੁਸੀਂ ਦੇਖਿਆ ਨਰਮੇ ਦੀ ਫਸਲ ਹੈ ਜਿਹੜੀ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਅੱਜ ਕਿਸਾਨ ਹੈ ਜਿਹੜਾ ਖੂਹ ਦੀ ਮਨ 'ਤੇ ਖੜ੍ਹਾ ਹੈ, ਅਤੇ
ਉਹਨਾਂ ਨੂੰ ਇੱਕੋ ਹੀ ਰਾਹ ਹੈ ਵੀ ਲੜਾਈ, ਜਦੋਂ ਲੜਾਈ ਦੇ ਰਾਹ ਤੁਰੇ ਹੋਏ ਨੇ, ਜਦੋਂ ਤੱਕ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਜਿਹੜਾ ਇਹ ਸਾਡਾ ਘੋਲ ਹੈ ਜਾਰੀ ਰਹਿਣਾ ਹੈ।